ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰ ਵਿਚਾਰੇ ਜਾ ਰਹੇ ਨੇ। ਹਾਲਾਂਕਿ ਸਾਰੀਆਂ ਪਾਰਟੀਆਂ ਦੇ ਇਹੀ ਹਾਲ ਨੇ, ਅਜੇ ਤੱਕ 4 ਜ਼ਿਮਨੀ ਚੋਣਾਂ ਹੋਣੀਆਂ ਬਾਕੀ ਨੇ। 4 ਵਿਧਾਨ ਸਭਾ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਨੇ। ਸਭ ਤੋਂ ਪਹਿਲਾਂ ਗਿੱਦੜਬਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਹੁਸ਼ਿਆਰਪੁਰ ਜਿਹੜੇ ਨੇ ਉਹ ਨੰਬਰਾਂ ਦੇ ਉੱਤੇ ਗਿਣੇ ਹੋਏ ਨੇ ਲੋਕਾਂ ਨੇ, ਔਰ ਉਸੇ ਆਧਾਰ ਦੇ ਉੱਤੇ ਪਾਰਟੀਆਂ ਵੀ ਜਿਹੜੀਆਂ ਨੇ ਉਹ ਹੁਣ ਤੀਵਰਤਾ ਦਿਖਾਉਂਦੀਆਂ ਨਜ਼ਰ ਆ ਰਹੀਆਂ ਨੇ, ਔਰ ਉਸੇ ਤੀਵਰਤਾ ਦੇ ਵਿੱਚੋਂ ਜਨਮ ਲੈਂਦੀ ਹੈ ਕਿਆਸਰਾਈ। ਹੁਣ ਕਿਆਸਰਾਈਆਂ ਦੇ ਆਧਾਰ ਦੇ ਉੱਤੇ ਤਾਂ ਬੜੇ ਨਾਮ ਸਾਹਮਣੇ ਆ ਰਹੇ ਨੇ, ਕਿਆਸਰਾਈਆਂ ਆਧਾਰ ਦੇ ਉੱਤੇ ਤਾਂ ਨਤੀਜੇ ਵੀ ਆ ਪਹੁੰਚੇ ਨੇ, ਪਰ ਇਸ ਦੇ ਬਾਵਜੂਦ ਕਿਆਸਰਾਈਆਂ ਦੇ ਹੋਣ ਦੇ ਨਾਲ ਨਾਲ ਇੱਕ ਅੰਦਾਜ਼ਾ ਜ਼ਰੂਰ ਹੋ ਜਾਂਦਾ ਕਿ ਪਾਰਟੀਜ਼ ਜਾਂ ਆਗੂ ਕੀ ਸੋਚ ਰਹੇ ਨੇ, ਕਿਹਨਾਂ ਦੇ ਕਿਹੜੇ ਲੀਡਰਾਂ ਦੇ ਉੱਤੇ ਦਾਅ ਖੇਡਣਾ ਚਾਹੁੰਦੇ ਹੋਣਗੇ ਜਾਂ ਕਿਹਨਾਂ 'ਤੇ ਖੇਡ ਸਕਦੇ ਨੇ। ਇੱਕ ਆਊਟਲਾਈਨ ਮਿਲ ਜਾਂਦੀ ਹੈ ਅਤੇ ਜ਼ਿਆਦਾਤਰ ਉਹ ਆਊਟਲਾਈਨ ਅਮਲੀ ਰੂਪ ਵੀ ਅਖਤਿਆਰ ਕਰ ਲੈਂਦੀ ਹੈ। ਹੁਣ ਗੱਲ ਕੀਤੀ ਜਾ ਰਹੀ ਹੈ ਜ਼ਿਮਨੀ ਚੋਣਾਂ ਦੀ। ਜ਼ਿਮਨੀ ਚੋਣਾਂ 4 ਹਲਕਿਆਂ 'ਚ ਰਹਿੰਦੀ ਹੈ। ਜਲੰਧਰ ਦੇ ਵਿੱਚ ਹੋਹਟੀ ਹੈ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਕਿਹਦੇ ਕਿਹਦੇ 'ਤੇ ਦਾਅ ਖੇਡੇਗੀ, ਇਹਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਅਕਾਲੀ ਦਲ ਨੂੰ ਲੈ ਕੇ ਕਸ਼ਮਕਸ਼ ਹੈ, ਦੂਜੇ ਪਾਸੇ ਬੀਜੇਪੀ ਨੂੰ ਲੈ ਕੇ ਅਜੇ ਤੱਕ ਕਸ਼ਮਕਸ਼ ਜਾਰੀ ਹੈ। ਪਰ ਜੇ ਸ਼ੁਰੂਆਤੀ ਪੱਧਰ ਦੀ ਗੱਲ ਕਰੀਏ, ਸ਼ੁਰੂਆਤੀ ਇੱਕ ਇਹੋ ਜਿਹਾ ਹਲਕਾ ਜਿਹਦੀਆਂ ਚੋਣਾਂ ਆਉਣੀ ਵਾਲੀਆਂ ਨੇ, ਗਿੱਦੜਬਾ ਵਿਧਾਨ ਸਭਾ ਹਲਕਾ ਜਿਹਦੇ ਉੱਤੇ ਜ਼ਿਮਨੀ ਚੋਣ ਆਉਣ ਵਾਲੀ ਹੈ, ਉਸ ਦੀ ਚਰਚਾ ਇਸ ਵੇਲੇ ਛਿੜੀ ਹੋਈ ਹੈ। ਕਾਂਗਰਸ ਪਾਰਟੀ ਨੂੰ ਲੈ ਕੇ ਵੱਖਰੇ ਪੱਧਰ ਦੇ ਉੱਤੇ ਚਰਚਾ ਆ। ਇੱਕ ਪਾਸੇ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਵੱਲੋਂ ਹਰਦੀਪ ਸਿੰਘ ਨਿੱਪੀ ਢਿੱਲੋਂ 90% ਉਮੀਦਵਾਰ ਐਲਾਣੇ ਜਾ ਸਕਦੇ ਨੇ ਕਿਆਸਰਾਈਆਂ ਦੇ ਕਹਿਣ ਦੇ ਮੁਤਾਬਕ, ਔਰ ਦੂਜੇ ਪਾਸੇ ਕਾਂਗਰਸ ਪਾਰਟੀ ਹੈ। ਕਾਂਗਰਸ ਪਾਰਟੀ ਦੇ ਬਦੌਲਤ ਜੇ ਗੱਲ ਕਰੀਏ, ਕਾਂਗਰਸ ਪਾਰਟੀ ਆਪਣਾ ਦਾਖਲੇ ਤਾਂ ਖੇਡੇਗੀ, ਚਰਚਾਵਾਂ ਇਹ ਨੇ। ਇਹਦੇ ਵਿੱਚ ਕੁਝ 1-2 ਨਾਮ ਨੇ ਜਿਹੜੇ ਇੱਕ ਦੂਸਰੇ ਦੇ ਨਾਲ ਖਹਿੰਦੇ ਨਜ਼ਰ ਆ ਰਹੇ ਆ। ਹਾਲਾਂਕਿ ਸੂਤਰਾਂ ਮੁਤਾਬਕ, ਕਿਆਸਰਾਈਆਂ ਮੁਤਾਬਕ, ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਸੀਟ ਦੇ ਉੱਤੇ ਕਾਬਜ਼ ਰਹਿ ਚੁੱਕੇ ਨੇ, ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਦੇ ਉੱਤੇ ਦਾਅ ਖੇਡਣਾ ਚਾਹੁੰਦੀ ਹੈ। ਕਾਂਗਰਸ ਪਾਰਟੀ ਸੂਤਰਾਂ ਮੁਤਾਬਕ ਚਾਹੁੰਦੀ ਹੈ ਕਿ ਅੰਮ੍ਰਿਤਾ ਵੜਿੰਗ ਇਸ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਨਿਤਰਨ। ਹਾਲਾਂਕਿ ਸੂਤਰਾਂ ਮੁਤਾਬਕ ਹੀ ਰਾਜਾ ਵੜਿੰਗ ਸ਼ਾਇਦ ਇਸ ਤਰ੍ਹਾਂ ਨਹੀਂ ਚਾਹੁੰਦੇ। ਰਾਜਾ ਵੜਿੰਗ ਸ਼ਾਇਦ ਇਸ ਮਾਮਲੇ ਦੇ ਉੱਤੇ ਚੁੱਪ ਰਹਿਣਾ ਚਾਹੁੰਦੇ ਨੇ, ਇਸ ਮਾਮਲੇ ਨੂੰ ਟਾਲਣਾ ਚਾਹੁੰਦੇ ਨੇ। ਪਰ ਦੂਜੇ ਪਾਸੇ ਇੱਕ ਹੋਰ ਨਾਮ ਉੱਭਰ ਕੇ ਆ ਰਿਹਾ, ਕਹਿੰਦੇ ਜਿਹਨੂੰ ਰਾਜਾ ਵੜਿੰਗ ਵੀ ਸਮਰਥਨ ਦੇ ਰਹੇ ਨੇ। ਦਰਅਸਲ ਨਰਿੰਦਰ ਕੌਣੀ ਇੱਕ ਹਲਕਾ ਪੱਧਰ ਦੇ ਇੱਕ ਸੀਨੀਅਰ ਲੀਡਰ ਨੇ, ਗਿੱਦੜਬਾਹ ਦਾ ਇੱਕ ਕਾਂਗਰਸ ਦੇ ਸੀਨੀਅਰ ਲੀਡਰ ਨੇ, ਔਰ ਕਹਿੰਦੇ ਰਾਜਾ ਵੜਿੰਗ ਵੀ ਇਹਨਾਂ ਦੇ ਪੱਖ ਪੂਰਦੇ ਪਏ ਨੇ। ਹਾਲਾਂਕਿ ਅੰਮ੍ਰਿਤਾ ਵੜਿੰਗ ਨੂੰ ਲੈ ਕੇ ਚਰਚਾਵਾਂ ਥੋੜ੍ਹੀਆਂ ਤੇਜ਼ ਨੇ। ਕਹਿ ਦਈਏ ਕਿ ਪ੍ਰਤੀਸ਼ਤ ਜਿਹੜਾ ਅੰਮ੍ਰਿਤਾ ਵੜਿੰਗ ਵੱਲ ਵੱਧ ਹੈਗਾ ਆ ਕਿਆਸਰਾਈਆਂ ਮੁਤਾਬਕ, ਕਿਉਂ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਨਿਤਰਨ। ਹਾਲਾਂਕਿ ਚਰਚਾਵਾਂ ਉਦੋਂ ਵੀ ਸ਼ੁਰੂ ਹੋ ਗਈਆਂ ਸੀ ਜਦੋਂ ਅੰਮ੍ਰਿਤਾ ਵੜਿੰਗ ਜਾਂ ਰਾਜਾ ਵੜਿੰਗ ਗਿੱਦੜਬਾਹ ਦੇ ਵਿੱਚ ਫੇਰੀਆਂ ਘੱਟਣ ਲੱਗ ਗਏ ਸੀ, ਅਤੇ ਚਰਚਾਵਾਂ ਸੀ ਕਿ ਹੋ ਸਕਦਾ ਕਿ ਅੰਮ੍ਰਿਤਾ ਵੜਿੰਗ ਚੋਣ ਮੈਦਾਨ ਦੇ ਵਿੱਚ ਨਿਤਰਨਗੇ। ਅਜੇ ਵੀ ਇਸੇ ਤਰ੍ਹਾਂ ਦੇ ਹਾਲਾਤ ਕਹਿੰਦੇ ਬਣੇ ਹੋਏ ਨੇ, ਪਰ ਇਸ ਦੇ ਬਾਵਜੂਦ ਇੱਕ ਹੋਰ ਨਾਮ ਹੈਗਾ ਸਾਹਮਣੇ ਆ ਰਿਹਾ। ਪਰ ਸਵਾਲ ਇਹ ਹੈ ਕਿ ਕੀ ਨਰਿੰਦਰ ਕੌਣੀ ਉਹਨਾਂ ਰਸੂਖ ਰੱਖਦੇ ਨੇ ਕਿ ਜੇ ਆਮ ਆਦਮੀ ਪਾਰਟੀ ਡਿੰਪੀ ਢਿੱਲੋਂ ਨੂੰ ਚੋਣ ਮੈਦਾਨ 'ਚ ਉਤਾਰਦੇ ਨੇ ਤਾਂ ਰਾਜਾ ਵੜਿੰਗ ਵਾਂਗ ਬਖੂਬੀ ਤਰੀਕੇ ਦੇ ਨਾਲ ਇਹ ਟਾਕਰਾ ਕੀਤਾ ਜਾ ਸਕੇ। ਰਾਜਾ ਵੜਿੰਗ ਨੇ ਤਾਂ ਖੈਰ ਕਾਫੀ ਨਜ਼ਦੀਕ ਤੋਂ ਟੱਕਰ ਦਿੰਦਿਆਂ ਹੋਇਆਂ ਜਿੱਤ ਹਾਸਲ ਕੀਤੀ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਨਾਲ, ਪਰ ਜੇ ਇਹੋ ਜਿਹੇ ਸਮੇਂ ਦੇ ਵਿੱਚ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਉਤਾਰਦੀ ਆਮ ਆਦਮੀ ਪਾਰਟੀ, ਤਾਂ ਕੀ ਨਰਿੰਦਰ ਕੌਣੀ ਵਰਗਾ ਇੱਕ ਲੀਡਰ ਟੱਕਰ ਦੇ ਸਕੇਗਾ? ਔਰ ਦੂਜੇ ਪਾਸੇ ਅੰਮ੍ਰਿਤਾ ਵੜਿੰਗ ਨੇ ਸੂਤਰਾਂ ਮੁਤਾਬਕ ਜਿਹਨਾਂ ਨੂੰ ਕਾਂਗਰਸ ਪਾਰਟੀ ਐਲਾਨਣਾ ਚਾਹੁੰਦੀ ਹੈ, ਪਰ ਸਵਾਲ ਇਹ ਹੈ ਕਿ ਅਸਲ ਦੇ ਵਿੱਚ ਅੰਤ ਵਿੱਚ ਆ ਕੇ ਕਿੱਥੇ ਫੈਸਲਾ ਟਿਕੇਗਾ। ਹੁਣ ਰਾਜਾ ਵੜਿੰਗ ਵੀ ਪ੍ਰਧਾਨ ਨੇ, ਉਹਨਾਂ ਤੋਂ ਬਗੈਰ ਪੁੱਛੇ ਕੋਈ ਫੈਸਲਾ ਸ਼ਾਇਦ ਨਹੀਂ ਹੋ ਸਕਦਾ, ਪਰ ਇਸ ਦੇ ਬਾਵਜੂਦ ਪਾਰਟੀ ਹਾਈਕਮਾਨ ਕੀ ਫੈਸਲਾ ਲੈਂਦੀ ਹੈ ਦਾਰੋਮਦਾਰ ਉੱਤੇ ਟਿਕਿਆ ਹੋਇਆ। ਹੁਣ ਗਾਂਹ ਆਉਂਦੇ ਹਾਂ ਬਰਨਾਲਾ ਵਿਧਾਨ ਸਭਾ ਹਲਕਾ, ਬਰਨਾਲਾ ਵਿਧਾਨ ਸਭਾ ਹਲਕਾ ਦੇ ਵਿੱਚ ਵੀ ਚਰਚਾਵਾਂ ਤੇਜ਼ ਨੇ ਕਾਂਗਰਸ ਪਾਰਟੀ ਨੂੰ ਲੈ ਕੇ। ਵਿਧਾਨ ਸਭਾ ਸੀਟ ਦੇ ਉੱਤੇ ਜਿਹੜਾ ਚੋਣ ਅਖਾੜਾ ਭਖਣਾ ਹੈ ਉਹਦੇ ਵਿੱਚ ਕਾਂਗਰਸ ਕਿਹਨੂੰ ਉਤਾਰ ਰਹੀ ਹੈ? ਕਾਂਗਰਸ ਪਾਰਟੀ ਇੱਥੇ ਆ ਕੇ ਫਸੀ ਹੋਈ ਹੈ, ਕਹਿੰਦੇ ਕਾਂਗਰਸ ਪਾਰਟੀ ਦੀ ਗਰਾਰੀ ਇੱਥੇ ਆ ਕੇ ਫਸੀ ਹੋਈ ਹੈ। ਇੱਥੇ ਚਰਚਾਵਾਂ ਨੇ ਸੂਤਰਾਂ ਮੁਤਾਬਕ ਕਿ ਕਾਂਗਰਸ ਪਾਰਟੀ ਬਾਹਰੋਂ
ਕੋਈ ਲੀਡਰ ਤੋੜ ਸਕਦੀ ਹੈ। ਹਾਲਾਂਕਿ ਇਹ ਸਾਰਾ ਕੁਝ ਅਜੇ ਤੱਕ ਆਮ ਆਦਮੀ ਪਾਰਟੀ ਕਰਦੀ ਨਜ਼ਰ ਆ ਰਹੀ ਸੀ, ਪਰ ਹੁਣ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ ਵੀ ਕਿਸੇ ਲੀਡਰ ਨੂੰ ਤੋੜ ਸਕਦੀ ਹੈ, ਆਪਣੇ ਵੱਲ ਲਿਆ ਸਕਦੀ ਹੈ, ਚੱਬੇਵਾਲ ਤੋਂ ਲੜਾ ਸਕਦੀ ਹੈ। ਇੱਥੋਂ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ, MP ਬਣ ਜਾਂਦੇ ਨੇ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਹੀ ਖਬਰ ਸੀ ਕਿ ਰਾਜਕੁਮਾਰ ਚੱਬੇਵਾਲ ਇਸ ਸੀਟ ਤੋਂ ਆਪਣੇ ਭਰਾ ਨੂੰ ਜਾਂ ਆਪਣੇ ਬੇਟੇ ਨੂੰ ਚੋਣ ਲੜਾ ਸਕਦੇ ਸੀ। ਪਰ ਦੂਜੇ ਪਾਸੇ ਹੁਣ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਇਸ ਸੀਟ ਤੋਂ ਕਿਸੇ ਬਾਹਰੀ ਲੀਡਰ ਨੂੰ ਲਿਆ ਸਕਦੀ ਹੈ, ਇਹਦੀਆਂ ਚਰਚਾਵਾਂ ਇਹਦੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ। ਖੈਰ ਕੀ ਕਰਦੀ ਹੈ ਕਾਂਗਰਸ, ਕੀ ਨਹੀਂ ਕਰਦੀ, ਅਲਟੀਮੇਟਲੀ ਕੀ ਫੈਸਲਾ ਆਉਂਦਾ ਹਾਈਕਮਾਨ ਦਾ, ਇਹ ਦੇਖਣਾ ਹੋਵੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ।